ਅੱਛਾ ਜੀ ਕੇਬੀਸੀ 15 ਕੌਣ ਬਨੇਗਾ ਕਰੋੜਪਤੀ ਸੀਜ਼ਨ ਜਿਹੜਾ ਉਹ 15ਵਾਂ ਜਿਹੜਾ ਚੱਲ ਰਿਹਾ ਆ ਉਹਦੇ ਵਿੱਚ ਪੰਜਾਬ ਦਾ ਮੁੰਡਾ ਜਸਕਰਨ ਸਿੰਘ ਜਸਕਰਨ ਸਿੰਘ ਜੀ ਕਹਾਂਗੇ ਇਹਨਾਂ ਨੂੰ ਕਿਉਂਕਿ ਉਮਰ ਚਾਹੀ ਇਹਨਾਂ ਦੀ 21 ਸਾਲ ਆ ਲੇਕਿਨ 1 ਕਰੋੜ ਰੁਪਈਆ ਜਿਹੜਾ ਉਹਨਾਂ ਨੇ ਜਿੱਤ ਲਿਆ ਆ ਤੁਸੀਂ ਪ੍ਰੋਮੋ ਵੀ ਜਾ ਕੇ ਦੇਖਿਓ ਔਰ ਇਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਆ ਵੀਰੋ ਪੰਜਾਬੀ ਜੇਕਰ ਬਾਹਰ ਆਨ ਦੀ ਦੌੜ ਦੇ ਵਿੱਚ ਨਾ ਫਸਣ ਤੇ ਪਤਾ ਨਹੀਂ ਕਿ ਉਹਨਾਂ ਨੂੰ ਉਹਨਾਂ ਦੇ ਵਿੱਚ ਕਿੰਨਾ ਕੁ ਟੈਲੈਂਟ ਆ ਔਰ ਲੜਕੇ ਦੀਆਂ ਐਸੀਆਂ ਗੱਲਾਂ ਸੁਣ ਕੇ ਮਨ ਇੰਨਾ ਖੁਸ਼ ਹੋਇਆ ਕਿਉਂਕਿ ਮੈਂ ਬਹੁਤ ਜ਼ਿਆਦਾ ਜਿਹੜੀਆਂ ਯੂਪੀਐਸਸੀ ਐਗਜ਼ਾਮਸ ਸਿਵਲ ਐਗਜ਼ਾਮਸ ਆਈਏਐਸ ਦੇ ਐਗਜ਼ਾਮਸ ਇਹਨਾਂ ਦੀਆਂ ਗੱਲਾਂ ਕਰਦਾ ਆ ਤੇ ਲੋਕ ਹਾਸਾ ਬਹੁਤ ਕਰਦੇ ਆ ਮੇਰੇ ਨਾਲ ਲੇਕਿਨ ਮੈਨੂੰ ਪੋਟੈਂਸ਼ੀਅਲ ਪਤਾ ਆ ਮੈਂ ਖੁਦ ਚੰਡੀਗੜ੍ਹ ਦੇ ਵਿੱਚ ਨਾਨ ਮੈਡੀਕਲ ਦਾ ਸਟੂਡੈਂਟ ਰਿਹਾ ਆ ਔਰ ਮੈਨੂੰ ਪਤਾ ਆ ਕਿ ਪੰਜਾਬੀ ਜਿਹੜੇ ਜੇਕਰ ਉਹਨਾਂ ਦੇ ਦਿਮਾਗ ਦੇ ਵਿੱਚੋਂ ਬਾਹਰ ਦਾ ਕੀੜਾ ਨਿਕਲ ਜਾਏ ਤੇ ਵੱਡੇ ਵੱਡੇ ਮੈਥ ਸਾਇੰਸ ਦੇ ਸਵਾਲ ਉਹਨਾਂ ਦੇ ਲਈ ਜਿਵੇਂ ਤੁਸੀਂ ਕਹਿ ਲਓ ਕਿ ਚੁਟਕੀਆਂ ਦਾ ਕੰਮ ਆ ਕਿਉਂਕਿ ਇਹ ਚੀਜ਼ਾਂ ਮੈਂ ਖੁਦ ਐਕਸਪੀਰੀਅੰਸ ਕੀਤੀਆਂ ਹੋਈਆਂ ਆ ਸੋ ਵੀਰੋ ਚਲੋ ਗੱਲ ਕਰਦੇ ਆਂ ਜੀ ਇਸ ਨੌਜਵਾਨ ਦੀ ਤੇ ਇਸ ਨੌਜਵਾਨ ਦਾ ਪ੍ਰੋਮੋ ਤੁਸੀਂ ਦੇਖ ਰਹੇ ਹੋਣੇ ਆ ਪੂਰੀ ਦੁਨੀਆ ਦੇ ਵਿੱਚ ਹੀ ਚੱਲ ਰਿਹਾ ਆ ਔਰ ਮੇਰੇ ਤਾਂ ਤੁਸੀਂ ਕਹਿ ਲਓ ਕਿ ਖੂਨ ਜਿਹੜਾ ਉਹ ਦੁੱਗਣਾ ਜਿਹੜਾ ਦੌੜਨ ਲੱਪਿਆ ਆ ਇਹ ਸ਼ੋਅ ਆ ਜੀ 15ਵਾਂ ਸੀਜ਼ਨ ਜੋ ਕਿ ਮੈਗਾ ਸਟਾਰ ਅਮਿਤ ਆਬਚਨ ਜੀ ਜਿਹੜਾ ਉਹ ਕਰਦੇ ਆ ਹੋਸਟ ਤੇ ਇਹਦੇ ਵਿੱਚ ਜਿਹੜਾ ਪੰਜਾਬ ਦੇ ਖਾਲੜਾ ਪਿੰਡ ਦਾ ਮੁੰਡਾ ਜਸਕਰਨ ਸਿੰਘ ਜੀ ਜਿਨ੍ਹਾਂ ਨੇ ਕੀ 1 ਕਰੋੜ ਦਾ ਪ੍ਰਾਈਜ਼ ਜਿੱਤਿਆ ਆ ਤੇ ਅੱਗੇ 7 ਕਰੋੜ ਦਾ ਜਿਹੜਾ ਉਹ ਅਟੈਂਪਟ ਕਰਨਗੇ ਕੁਐਸਚਨ ਕਾਲਜ ਗ੍ਰੈਜੂਏਟ ਆ ਔਰ ਉਹਨਾਂ ਨੇ ਦੱਸਿਆ ਕਿ ਯੂਪੀਐਸਸੀ ਦੇ ਐਂਟ੍ਰਾਂਸ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਸੋ ਹੁਣ ਉਹ 7 ਕਰੋੜ ਦਾ ਜਿਹੜਾ ਕੁਐਸਚਨ ਆ ਉਹਦਾ ਵੀ ਦੇਖੋ ਹੁਣ ਉਹਦਾ ਵੀ ਆਨਸਰ ਦੇਣਗੇ ਸੋ ਬੜਾ ਹੀ ਚੰਗਾ ਲੱਗਾ ਬੜਾ ਹੀ ਚੰਗਾ ਲੱਗਿਆ ਮੁੰਡੇ ਦੀਆਂ ਗੱਲਾਂ ਸੁਣੀਓ ਜੀ ਜਾ ਕੇ ਤੁਹਾਨੂੰ ਇੰਨਾ ਜ਼ਿਆਦਾ ਮਤਲਬ ਕਿ ਤੁਸੀਂ ਕਹਿ ਲਓ ਕਿ ਹੌਸਲਾ ਮਿਲੇਗਾ ਵੀਰੋ ਬੱਚਿਆਂ ਨੂੰ ਪੜਾਉਣਾ ਬਹੁਤ ਜ਼ਰੂਰੀ ਆ ਮਜ਼ਦੂਰੀ ਆਣ ਵਾਲੇ ਟਾਈਮ ਦੇ ਵਿੱਚ ਖਤਮ ਹੋਏਗੀ ਇਹੀ ਮੈਂ ਗੱਲਾਂ ਸਮਝਾ ਰਿਹਾ ਆ ਪਿਛਲੇ 1 ਸਾਲ ਤੋਂ ਅਸੀਂ ਜੋ ਨਹੀਂ ਕਰ पाए ਉਹ ਸਾਡੇ ਬੱਚੇ ਜਿਹੜੇ ਆ ਉਹ ਪੜ੍ਹਾਈ ਦੇ ਵਿੱਚ ਜ਼ਰੂਰ ਕਰਨ ਇਹੀ ਸਾਡਾ ਟਾਰਗੇਟ ਹੋਣਾ ਚਾਹੀਦਾ ਆ ਤੇ ਤੁਸੀਂ ਦੇਖਿਓ ਜੀ ਇਸ ਲੜਕੇ ਦੀ ਨੌਜਵਾਨ ਦੀ ਬਹੁਤ ਮੈਨੂੰ ਚੰਗਾ ਲੱਗਾ ਪ੍ਰਮਾਤਮਾ ਕਰੇ ਕਿ ਇਹ ਇੰਨੀ ਕੁ ਤਰੱਕੀ ਕਰੇ ਪੰਜਾਬ ਦਾ ਇੰਨਾ ਕੁ ਨਾਮ ਰੋਸ਼ਨ ਕਰੇ ਕੋਈ ਵੱਡੀ ਜਗ੍ਹਾ ਦੇ ਉੱਤੇ ਅਫਸਰ ਲੱਗੇ ਤਾਂ ਕਿ ਹੋਰ ਜਿਹੜੇ ਲੋਕਾਂ ਨੂੰ ਇਹ ਤੇ ਹੌਸਲਾ ਮਿਲੇ ਖੁਸ਼ ਰਹੋ ਤੇ ਜ਼ਿੰਦਾਬਾਦ